ਸਾਰੇ ਸਾਰੇ ਸਟੂਡੈਂਟ ਸਟੂਡੈਂਟ ਜਿੱਦਣਾ ਆਪਾਂ ਅੱਜ ਨਵਾਂ ਟੋਪਿਕ ਕਰਨਾ ਹੈਗਾ ਆ ਕੈਸ਼ ਬੁੱਕ ਠੀਕ ਹੈ ਨਾ ਇਹ ਤੋਂ ਬੇਟਾ ਪਹਿਲਾਂ ਆਪਾਂ ਕੀਤਾ ਹੈਗਾ ਜਰਨਲ ਐਂਟਰੀਆਂ ਜਿਹਦੀਆਂ ਤੁਹਾਨੂੰ ਮੈਂ ਜਰਨਲ ਐਂਟਰੀਆਂ ਸਾਰੀਆਂ ਕਰਾਤੀਆਂ ਵਿਦਆਉਟ ਜੀਐਸਟੀ ਡੀਐਸਟੀ ਆਪਾਂ ਬਾਅਦ ਚੁੱਕਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਬੇਟਾ ਕੈਸ਼ ਤੋਂ ਬਾਅਦ ਆਪਾਂ ਲੈਜਰ ਕਰਨਾ ਆਉਣਾ ਹੈ ਲੈਜਰ ਨਹੀਂ ਆਪਾਂ ਕਰਨਾ ਉਸ ਤੋਂ ਬਾਅਦ ਹੁਣ ਆਪਾਂ ਕਰਨਾ ਹੈਗਾ ਕੈਸ਼ ਬੁੱਕ ਠੀਕ ਹੈ ਨਾ ਜਿਹੜਾ ਮਤਲਬ ਸਿੰਪਲ ਹੈ ਤੁਹਾਨੂੰ ਸਮਝ ਵੀ ਲੱਗ ਜਾਵੇ ਠੀਕ ਹੈ ਨਾ ਜੇ ਤਾਂ ਬੇਟਾ ਕੈਸ਼ ਬੁੱਕ ਸਾਡੀ ਕਿਹੜੀ ਬੁੱਕ ਹੁੰਦੀ ਆ ਉਹ ਵਾਲੀ ਬੁੱਕ ਹੁੰਦੀ ਆ ਜਿਹਦੇ ਵਿੱਚ ਸਿਰਫ ਆਪਾਂ ਕੈਸ਼ ਵਾਲੀਆਂ ट्रांजੈਕਸ਼ਨ ਨੋਟ ਕਰਦੇ ਆ ਠੀਕ ਹੈ ਕਿਹੜੀਆਂ ਜੀ ਜਿਹੜੀਆਂ ਕੈਸ਼ ਨਾਲ ਰਿਲੇਟਡ ट्रांजੈਕਸ਼ਨ ਹੁੰਦੀਆਂ ਆ ਯਾਨੀ ਕਿ ਜਿਨ੍ਹਾਂ ਦੇ ਵਿੱਚ ਕੈਸ਼ ਜਾਂ ਤਾਂ ਸਾਡੇ ਕੋਲ ਆਇਆ ਹੁੰਦਾ ਜੀ ਕਮਜ਼ਨ ਆਉਂਦਾ ਹੈ ਸਾਡੇ ਕੋਲ ਜਾਂ ਫਿਰ ਕੈਸ਼ ਕਿਹਾ ਜੀ ਜਾਂਦਾ ਆ ਗੋਸਟ ਮਤਲਬ ਕੀ ਹੈ ਜੀ ਬਾਹਰ ਕਿਸੇ ਨੂੰ ਜਾਂਦਾ ਹੈ ਯਾਨੀ ਕਿ ਬਿਜ਼ਨਸ ਦੇ ਵਿੱਚ ਉਹ ਵਾਲੀਆਂ ट्रांजैक्शनਾਂ ਜਿਨ੍ਹਾਂ ਵਿੱਚ ਕੈਸ਼ ਆਉਂਦਾ ਆ ਜਾਂ ਫਿਰ ਕੈਸ਼ ਜਾਂਦਾ ਆ ਉਹ ਵਾਲੀਆਂ ਬੇਟਾ ਜਿਹੜੀਆਂ ਸਾਡੀ ट्रांजैक्शनਾਂ ਹੁੰਦੀਆਂ ਆ ਉਹਨਾਂ ਨੂੰ ਆਪਾਂ ਕੈਸ਼ ਬੁੱਕ ਦੇ ਵਿੱਚ ਰਿਪੋਰਟ ਕਰ ਸਕਦੇ ਆ ਠੀਕ ਹੈ ਨਾ ਯਾਨੀ ਕਿ ਜੇ ਕੋਈ ਸਾਡੇ ਹੈ ਨਾ ਜਿੱਦਾਂ ਮਤਲਬ ਫੋਰ ਐਗਜ਼ਾਮਪਲ ਮੈਂ ਕਹਿ ਦਿੰਦਾ ਜੀ ਗੂਡਸ ਸੋਲਡ ਫੋਰ ਕੈਸ਼ ਕਿੰਨਾ ਹੈ ਜੀ 5000 ਇਹ ਬੇਟਾ ਇਹਦੇ ਵਿੱਚ ਰਿਕਾਰਡ ਹੋਊਗਾ ਕੈਸ਼ ਬੁੱਕ ਦੇ ਵਿੱਚ ਠੀਕ ਹੈ ਨਾ ਜੇ ਮਨ ਲਓ ਮੈਂ ਇਹੀ ਕਹਿ ਦਿੰਨਾ ਗoods ਸੋਲਡ ਔਨ ਕ੍ਰੈਡਿਟ ਕਿੰਨਾ ਜੀ 5000 ਇਹ ਵਾਲੀ ਰਿਕਾਰਡ ਨਹੀਂ ਕਰਕੇ ਦੋ ਉਧਾਰ ਵਾ ਜਦੋਂ ਆਪਾਂ ਉਧਾਰ ਵਿੱਚ ਹੀ ਆ ਨਾ ਸਾਨੂੰ ਕਹਿ ਜੀ ਕੈਸ਼ ਆਇਆ ਹੈ ਨਾ ਸਾਨੂੰ ਕੈਸ਼ ਗਿਆ ਹੈ ਠੀਕ ਹੈ ਨਾ ਇਸ ਕਰਕੇ ਬੇਟਾ ਕੈਸ਼ ਬੁੱਕ ਦੇ ਵਿੱਚ ਸਿਰਫ ਉਹੀ ਐਂਟਰੀਆਂ ਰਿਕਾਰਡ ਕੀਤੀਆਂ ਜਾਣੀਆਂ ਆ ਜਿਨ੍ਹਾਂ ਵਿੱਚ ਕੈਸ਼ ਜਾਂ ਆਉਂਦਾ ਆ ਜਾਂ ਕੈਸ਼ ਜਾਂਦਾ ਆ ਠੀਕ ਹੈ ਨਾ ਉਦੋਂ ਬੇਟਾ ਹਣ ਜਿਹੜਾ ਸਾਡਾ ਕੈਸ਼ ਬੁੱਕ ਦਾ ਹਨਾ ਪਰਫਾਰਮਾ ਹੁੰਦਾ ਆਹ ਬੜਾ ਹੁੰਦਾ ਕਹਿਆ ਜੀ ਕੈਸ਼ ਬੁੱਕ ਠੀਕ ਹੈ ਨਾ ਜਿਹੜੀਆਂ ਬੇਟਾ ਸਾਡੇ ਕੋਲ ਕੈਸ਼ ਬੁੱਕ ਹੁੰਦੀਆਂ ਹਨਾ ਉਹ ਸਾਡੇ ਕੋਲ ਕਿੰਨੀਆਂ ਹੁੰਦੀਆਂ ਜੀ ਤਿੰਨ ਤਰ੍ਹਾਂ ਦੀਆਂ ਚਾਰ ਤਰ੍ਹਾਂ ਦੀਆਂ ਠੀਕ ਨਾ ਇੱਕ ਹੁੰਦੀ ਹੈ ਕਿ ਬੇਟਾ ਆਪਾਂ ਸਿੰਪਲ ਕੈਸ਼ ਬੁੱਕ ਵੀ ਕਹਿ ਦਿੰਨੇ ਆਪਾਂ ਇਹਨੂੰ ਕਿਹੜੀ ਜੀ ਸਿੰਪਲ ਕੈਸ਼ ਬੁੱਕ ਜਾਂ ਫਿਰ ਇਹਨੂੰ ਕਹਿ ਦਿੰਨੇ ਆਪਾਂ ਸਿੰਗਲ कोलम कैश बुक ठीक है दूजे नंबर पर आ जाती है कि सा टू कोलम कैश बुक दूजी कड़ी होंगी है जी टू कोलम कैश बुक ठीक है जी और बेटा उस तीजे नंबर पर होंगी कोल ट्रिपल कोलम भी कह दें अपा या फिर क्या जी थ्री कोलम ਕੈਸ਼ ਬੁੱਕ ਕਹ ਜੀ 트리플 ਜਾਫਰ ਕਹ ਜੀ 3 ਕਾਲਮ ਕੈਸ਼ ਬੁੱਕ ਠੀਕ ਹੈ ਨਾ ਇਹ ਬੇਟਾ ਆਪਾਂ ਅਲੱਗ-ਅਲੱਗ ਕਰਨਾ ਔਰ ਚੌਥੇ ਨੰਬਰ ਤੇ ਆ ਜਾਂਦੀ ਹੈ ਕਿ ਸਾਡੇ ਕੋਲ ਪੈਟੀ ਕੈਸ਼ ਬੁੱਕ ਕਿਹੜੀ ਹੁੰਦੀ ਹੈ ਜੀ ਪੈਟੀ ਕੈਸ਼ ਬੁੱਕ ਠੀਕ ਹੈ ਨਾ ਅਸੀਂ ਬੇਟਾ ਪਹਿਲੇ ਨੰਬਰ ਤੇ ਕਰਨੀ ਹੈਗੀ ਸਿੰਪਲ ਕਾਲਮ ਕੈਸ਼ ਬੁੱਕ ਕਿਹੜੀ ਹੈ ਜੀ ਕਰਨੀ ਸਿੰਪਲ ਕਾਲਮ ਕੈਸ਼ ਬੁੱਕ ਕਰਨੀ ਆ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਸਿਰਫ ਇੱਕ ਕਾਲਮ ਦੇ ਵਿੱਚ ਸਿੰਪਲ ਜਿਹਦੇ ਵਿੱਚ ਕੈਸ਼ ਆਉਂਦਾ ਆ ਜਾਂਦਾ ਆ ਸਿਰਫ ਉਹ ਵਾਲੀਆਂ ट्रांजੈਕਸ਼ਨਾਂ ਹੀ ਰਿਕਾਰਡ ਕਰਨੀਆਂ। ਹਾਂਜੀ ਬੇਟਾ ਪਹਿਲਾ ਟੌਪਿਕ ਹੈਗਾ ਸਾਡੇ ਕੋਲ ਸਿੰਪਲ ਕੈਸ਼ ਬੁੱਕ। ਠੀਕ ਹੈ ਨਾ? ਔਰ ਬੇਟਾ ਇਹ ਤਾਂ ਮੈਂ ਪਹਿਲਾਂ ਦੱਸ ਦਿੱਤਾ ਕਿ ਇਹਦੇ ਵਿੱਚ ਸਿਰਫ ਤੁਸੀਂ ਕੈਸ਼ ਵਾਲੀਆਂ ट्रांजੈਕਸ਼ਨਾਂ ਕਰਨੀਆਂ ਜਿਨ੍ਹਾਂ ਵਿੱਚ ਕੈਸ਼ ਆਉਂਦਾ ਆ ਜਾਂ ਫਿਰ ਕੈਸ਼ ਕਿਹ ਜੀ ਜਾਂਦਾ ਆ। ਠੀਕ ਹੈ ਨਾ? ਜਿਹਦਾ ਬੇਟਾ ਇਹਦਾ ਪਰਫਾਰਮਾ ਸਾਡੇ ਕੋਲ ਆ ਹੁੰਦਾ ਹੈ। ਠੀਕ ਨਾ? ਤੂੰ ਇਸ ਸਕੇਲ ਦੇ ਨਾਲ ਲਾਈਨਾਂ ਮਾਰ ਕੇ ਸਹੀ ਸਹੀ ਬਣਾਉਣਾ ਬਿਲਕੁਲ ਠੀਕ ਹੈ ਜੀ ਪਹਿਲੇ ਨੰਬਰ ਤੇ ਹੁੰਦਾ ਹੈਗਾ ਡੇਟ ਠੀਕ ਹੈ ਤੂੰ ਇਸ ਸਕੇਲ ਨਾਲ ਲੈਣਾ ਮਾਨੀਆ ਬੇਟਾ ਫਿਰ ਹੁੰਦਾ ਹੈਗਾ ਸਾਡੇ ਕੋਲ ਪਾਰਟਿਕੂਲਰਸ ਬੇਟਾ ਪਾਰਟਿਕੂਲਰ ਤੁਸੀਂ ਇਹਦੇ ਨਾਲ ਘੱਟੋ ਘੱਟ 3 ਗੁਣਾ ਲਿਖਣਾ ਠੀਕ ਹੈ ਨਾ ਫਿਰ ਨਾਲ ਆ ਜਾਣਾ ਸਾਡੇ ਕੋਲ ਲੈਜਰ ਫੋਰੀਓ ਇਹਦੀ ਤਾਂ ਮਾੜੀ ਹੀ ਲਾਈਨ ਬਾਨੀ ਆ ਜੇ ਕੁਝ ਨਹੀਂ ਲਿਖਦੇ ਸਿਰਫ ਸ਼ੋਅ ਕਰਦੇ ਨੇ ਠੀਕ ਹੈ ਫੇਰ ਆ ਜਾਣਾ ਬੇਟਾ ਸਾਡੇ ਕੋਲ ਅਮਾਉਂਟ ਫੇਰ ਆਹੀ ਵਾਲਾ ਕਿਹੜਾ ਜੀ ਡੇਟ ਪਾਰਟਿਕੂਲਰ ਉਤੋਂ ਬਾਅਦ ਜੀ ਲੈਜਰ ਫੋਲੀਓ ਫੇਰ ਅਮਾਉਂਟ ਠੀਕ ਹੈ ਜੀ ਯਾਨੀ ਕਿ ਕੀ ਜਾਣਾ ਜੀ ਪਹਿਲੇ ਨੰਬਰ ਦੇ ਸਾਡੇ ਕੋਲ ਇਹਦੇ ਵਿੱਚ ਦੇਖ ਲਓ ਬੇਟਾ ਇਧਰ ਸਾਡੇ ਕੋਲ ਪਹਿਲੇ ਨੰਬਰ ਤੇ ਆਣਾ ਹੈਗਾ ਜਿਸ ਡੇਟ ਨੂੰ ਮੰਨ ਲਓ ਐਂਟਰੀ ਪਾਣੀ ਆ ਡੇਟ ਜੀ ਠੀਕ ਆ ਫਿਰ ਕੀ ਆਣਾ ਜੀ ਪਾਰਟਿਕੁਲਰਸ ਠੀਕ ਆ ਇੱਥੇ ਲੈਜਰ ਫੋਲੀਓ ਐਲ ਐਫ ਠੀਕ ਆ ਫਿਰ ਬੇਟਾ ਆ ਜਾਣਾ ਸਾਡੇ ਕੋਲ ਅਮਾਉਂਟ ਠੀਕ ਆ ਮਾਉਂਟ ਲਿਖ ਸਕਦੇ ਆ ਕੈਸ਼ ਲਿਖ ਸਕਦੇ ਆ ਠੀਕ ਆ ਫਿਰ ਕਿਆ ਜੀ ਫਿਰ ਡੇਟ ਉਹੀ ਪਾਰਟੀਕੁਲਰਸ ਠੀਕ ਹੈ ਫਿਰ ਉਹ ਜੀ ਇੱਧਰ ਕਹੇ ਜੀ ਲੈਜਰ ਫੋਲੀਓ ਫਿਰ ਕਹੇ ਜੀ ਇੱਧਰ ਅਮਾਉਂਟ ਠੀਕ ਹੈ ਨਾ ਜੀ ਹੁਣ ਬੇਟਾ ਇਹਦੇ ਵਿੱਚ ਇੱਕ ਗੱਲ ਯਾਦ ਰੱਖਣਾ ਇੱਧਰਲੇ ਪਾਸੇ ਜਿਹੜੀ ਵੀ ਚੀਜ਼ ਲਿਖਣੀ ਟੂ ਨਾ ਲਿਖਣੀ ਇੱਧਰਲੇ ਪਾਸੇ ਜਿਹੜੀ ਵੀ ਚੀਜ਼ ਲਿਖਣੀ ਬਾਈ ਨਾ ਲਿਖਣੀ ਆਸ ਇਹਨੂੰ ਆਪਾਂ ਅਕਾਊਂਟ ਵੀ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ ਜੀ ਅਕਾਊਂਟ ਵੀ ਕਹਿ ਦਿੰਦੇ ਆ ਤੇ ਲੈਜਰ ਵੀ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ ਜੀ ਅਕਾਊਂਟ ਵੀ ਲੈਜਰ ਸਾਨੂੰ ਕੈਸ਼ ਅਕਾਊਂਟ ਵੀ ਬਣਾਉਣਾ ਮਤਲਬ ਕੈਸ਼ ਬੁੱਕੇ ਬਣਾਉਣਾ ਠੀਕ ਹੈ ਨਾ ਔਰ ਇਹਦੇ ਵਿੱਚ ਬੇਟਾ ਕੀ ਆ ਕਿ ਜਿਹੜਾ ਸਾਡੇ ਕੋਲ ਆਹ ਵਾਲਾ ਸਿੰਪਲ ਕੈਸ਼ ਬੁੱਕ ਦੇ ਵਿੱਚ ਪਰਟੀਕੂਲਰ ਇਹਦੇ ਵਿੱਚ ਇਦਾਂ ਲਈ ਸਾਡੇ ਜੋ ਵੀ ਲਿਖਣਾ ਤੁਸੀਂ ਟੂ ਨਾ ਲਿਖਣਾ ਮਤਲਬ ਕਿ ਹੈ ਜੀ ਟੂ ਕੈਪੀਟਲ ਟੂ ਸੇਲ ਅਕਾਊਂਟ ਟੂ ਰੈਂਟ ਅਕਾਊਂਟ ਟੂ ਕਮਿਸ਼ਨ ਅਕਾਊਂਟ ਠੀਕ ਹੈ ਨਾ ਯਾਨੀ ਕਿ ਇੱਧਰ ਜੋ ਵੀ ਲਿਖਣਾ ਤੁਸੀਂ ਕਹਿੰਦਾ ਲਿਖਣਾ ਟੂ ਨਾ ਉਹਦੀ ਇੱਥੇ ਅਮਾਉਂਟ ਪਾਈ ਜਾਣੀ ਇੱਧਰ ਜਿਹੜਾ ਲਿਖਣਾ ਬਾਈ ਨਾ ਮੰਨ ਲਓ ਜੀ ਬਾਈ ਡਰਾਇੰਗ ਬਾਈ ਰੈਂਟ ਅਕਾਊਂਟ ਬਾਈ ਕਮਿਸ਼ਨ ਠੀਕ ਹੈ ਬਾਈ ਬੈਂਕ ਠੀਕ ਹੈ ਨਾ ਬੇਟਾ ਐਦੇ ਵਿੱਚ ਜਿਹੜਾ ਵੀ ਲਿਖਣਾ ਟੂ ਨਾ ਐਦੇ ਜਿਹੜਾ ਵੀ ਲਿਖਣਾ ਬਾਈ ਨਾ ਮਤਲਬ ਇਦਾਂ ਲਿਖਣਾ ਟੂ ਨਾ ਬਾਈ ਨਾ ਅਕਾਊਂਟ ਜਿਹੜਾ ਹਾਂ ਠੀਕ ਹੈ ਨਾ ਉਹਦੇ ਬੇਟਾ ਇਹ ਹਰੇਕ ਦੇ ਨਾਲ ਅਕਾਊਂਟ ਤਾਣਾ ਇਹ ਸਾਡਾ ਬੈਂਕ ਅਕਾਊਂਟ ਕਮਿਸ਼ਨ ਅਕਾਊਂਟ ਜੋ ਵੀ ਹੋਗਾ ਸਾਰਿਆਂ ਦੇ ਨਾਲ ਕਹ ਜੀ ਅਕਾਊਂਟ ਪਾਣਾ ਠੀਕ ਹੈ ਨਾ ਜਿਹੜਾ ਬਦ ਲੱਗ ਗਿਆ ਨਾ ਇਧਰਲੀ ਸਾਈਡ ਜੋ ਵੀ ਲਿਖਣਾ ਟੂ ਨਾ ਐਦੇ ਸਾਈਡ ਲਿਖਣਾ ਜੋ ਵੀ ਬਾਈ ਨਾ ਠੀਕ ਹੈ ਨਾ ਹੁਣ ਬੇਟਾ ਤੁਹਾਨੂੰ ਕਿੱਦਾਂ ਬਦ ਲੱਗਣਾ ਕਿ ਟੂ ਨਾ ਕਿਹੜਾ ਆਣਾ ਬਾਈ ਨਾ ਕਿਹੜਾ ਠੀਕ ਹੈ ਨਾ ਆਹ ਵਾਲੀ ਇਹਦੀ ਡ ਆਵੜੀ ਇਹਦੀ ਕੀ ਹੁੰਦੀ ਹੈ ਜੀ? ਕ੍ਰੈਡਿਟ ਸਾਈਡ ਠੀਕ ਹੈ। ਬੇਟਾ ਮੈਂ ਤੁਹਾਨੂੰ ਸਿੰਪਲ ਇਹਦਾ ਲੌਜਿਕ ਦੇ ਦੇਣਾ ਜਿਹਦੇ ਵਿੱਚ ਕੈਸ਼ ਸਾਡੇ ਕੋਲ ਆ ਰਿਹਾ ਆ। ਜਿਹੜੀ ਟ੍ਰਾਂਜੈਕਸ਼ਨ ਦੇ ਵਿੱਚ ਕੈਸ਼ ਆ ਰਿਹਾ ਆ ਉਹ ਤੁਸੀਂ ਪਾਣੀ ਹੈਗੀ ਟੂ ਨਾਲ। ਹਨਾ ਪਾਣੀ ਹੈ ਜੀ? ਟੂ ਨਾਲ। ਜਿਹਦੇ ਵਿੱਚ ਕੈਸ਼ ਜਾ ਰਿਹਾ ਆ ਉਹ ਪਾਣੀ ਹੈਗੀ ਤੁਸੀਂ ਬਾਏ ਨਾਲ। ਔਰ ਕੈਸ਼ ਆਦਾ ਕਿਹਦੇ ਵਿੱਚ ਹੁੰਦਾ? ਬੇਟਾ ਹੁਣ ਧਿਆਨ ਲੱਖੋ ਜਿਹਦੇ ਵਿੱਚ ਵੀ ਸੇਲ ਹੋਵੇ ਕੀ ਹੋਵੇ ਜੀ ਸੇਲ ਹੋਵੇ ਜਾਂ ਫਿਰ ਉਹ ਨਹੀਂ ਲਿਖਿਆ ਹੋਵੇ ਰਿਸੀਵਡ ਠੀਕ ਹੈ ਨਾ ਔਰ ਜਾਂ ਫਿਰ ਕੀ ਹੋਵੇ ਜੀ bizness ਸਟਾਰਟਡ ਮਤਲਬ bizness ਸਟਾਰਟ ਕੀਤਾ ਹੈ ਉਹ ਵਾਲੀਆਂ ਐਂਟਰੀਆਂ ਸਾਡੀਆਂ 2 ਨਾਣੀਆਂ ਠੀਕ ਨਾ ਯਾਨੀ ਕਿ ਕੋਈ ਸੇਲ ਹੋਈ ਹੋਵੇ ਰਿਸੀਵਡ ਹੋਇਆ ਹੋਵੇ ਜਾਂ bizness ਸਟਾਰਟ ਕੀਤਾ ਹੋਵੇ ਉਹ ਕਿੰਨਾ ਆਣੀ ਆ 2 ਨਾ ਔਰ ਬੇਟਾ ਜਿਹਦੇ ਵਿੱਚ ਪੇਡ ਹੋਵੇ ਜਾ ਫਿਰ ਕਹੇ ਜੀ ਪਰਚੇਜ਼ ਹੋਵੇ ਪੇਡ ਹੋਵੇ ਜਾਂ ਫਿਰ ਕਹੇ ਜੀ ਪਰਚੇਜ਼ ਜਾਂ ਫਿਰ ਕੀ ਹੋਵੇ ਜੀ ਡਰਾਇ ਜਾਂਣੇ ਕਿ ਜਿਹਦੇ ਵਿੱਚ ਪੈਸਾ ਸਾਡੇ ਕੋਲੋਂ ਜਾ ਰਿਹਾ ਆ ਠੀਕ ਨਾ ਜੇ ਮੰਨ ਲਓ ਜਿਹੜਾ ਬੈਂਕ ਵਿੱਚ ਆਪਾਂ ਡਿਪੋਜ਼ਿਟ ਕਰਾਣੇ ਆ ਤੇ ਇਹਦਾ ਮਤਲਬ ਕੀ ਹੋ ਰਿਹਾ ਸਾਡੇ ਕੋਲ ਪੈਸਾ ਜਾ ਰਿਹਾ ਆ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਦਾ ਸਾਡੇ ਕੋਲ ਕੈਸ਼ ਚੱਲ ਜਾਣਾ ਹੈ ਤਾਂ ਉਹ ਐਂਟਰੀ ਸਾਡੀ ਬਾਈਨ ਨਾਣੀ ਪਾਏ ਬੈਂਕ ਲਿਖ ਕੇ ਠੀਕ ਨਾ ਔਰ ਜੇ ਆਪਾਂ ਬੈਂਕ ਚੋਂ ਪੈਸਾ ਕਢਵਾਣੇ ਆ ਬੈਂਕ ਚੋਂ ਪੈਸਾ ਪੜਵਾਇਆ ਆ ਇਹਦੇ ਮਨ ਪੈਸਾ ਸਾਡੇ ਕੋਲ ਆ ਗਿਆ ਉਹ ਫਿਰ ਇਧਰ ਆਣਾ ਟੂ ਬੈਂਕ ਲਿਖ ਕੇ ਜਦੋਂ ਪੈਸਾ ਆਣਾ ਯਾਨੀ ਕਿ ਤੁਸੀਂ ਮੇਨ ਗੱਲ ਇਹ ਦੇਖਣੀ ਪੈਸਾ ਆ ਰਿਹਾ ਆ ਜਾਂ ਪੈਸਾ ਜਾ ਰਿਹਾ ਆ ਜੇ ਆ ਰਿਹਾ ਆ ਤਾਂ ਫਿਰ ਅਸੀਂ ਕੀ ਲਿਖਣਾ ਜੀ ਉਹਨੂੰ ਟੂ ਨਾ ਜੇ ਪੈਸਾ ਜਾ ਰਿਹਾ ਆ ਫੇਰ ਲਿਖਣਾ ਉਹਨੂੰ ਬਾਈ ਠੀਕ ਹੈ ਨਾ ਹੁਣ ਬੇਟਾ ਮੈਂ ਤੁਹਾਨੂੰ ਨਾ ਇੱਕ ਜਿਹੜਾ ਧੋਗਲਾ ਸਵਾਲ ਕਰਾਣਾ ਆ ਉਹਦੇ ਵਿੱਚ ਹੈਗਾ ਕਿ ਮੈਂ ਉੱਪਰ ਕੁਐਸਚਨ ਵੀ ਲਿਖਿਆ ਆ ਥੱਲੇ ਆ ਬਣਾ ਜੀ ਠੀਕ ਨਾ ਤੇ ਬੇਟਾ ਇਹ ਮੈਂ ਕਰਵਾ ਦਿੰਦਾ ਉਹ ਤੋਂ ਬਾਅਦ ਬੇਟਾ ਮੈਂ ਦੇਖੂਗਾ ਤੁਸੀਂ ਨਾ ਮੈਨੂੰ ਆਪਣੀ ਬੁੱਕ ਦੀ ਕੈਸ਼ ਬੁੱਕ ਦੀ ਸਿੰਗਲ ਕਲਮ ਵਾਲੀ ਦੀ ਫੋਟੋ ਭੇਜ ਦਿਓ ਜੇ ਤਾਂ ਮੇਰੀ ਬੁੱਕ ਦੇ ਨਾਲ ਕੁਐਸਚਨ ਮਿਲਦੇ ਹੋਏ ਤਾਂ ਮੈਂ ਫਿਰ ਕੁਐਸਚਨ ਨਹੀਂ ਐਥੇ ਸਕਰੀਨ ਤੇ ਲਿਆਇਆ ਕੰਨਾ ਕਿਤਾਬ ਤੋਂ ਪੜ੍ਹੀ ਜਾਏਗਾ ਨਾ ਤੁਸੀਂ ਆਪ ਫਿਰ ਕਿਤਾਬ ਨਾਲ ਮਲਾ ਕੇ ਦੇਖਣਾ ਮੈਂ ਕਿਹੜੀ ਕਿਹੜੀ ਐਂਟਰੀ ਪਾਉਂਦਾ ਠੀਕ ਹੈ ਨਾ ਹੁਣ ਬੇਟਾ ਮੈਂ ਇੱਕ ਕੁਐਸਚਨ ਕਰ ਦਿੰਦਾ ਇਹਦੇ ਨਾਲ ਠੀਕ ਹੈ ਨਾ ਦੇਖੋ ਬੇਟਾ ਹੁਣ ਜਿਹੜਾ ਮੈਂ ਅੱਗੇ ਕੁਐਸਚਨ ਲਿਆ ਹੈਗਾ ਆ ਮੈਂ ਆਪਣੇ ਕੋਲੋਂ ਬਣਾ ਕੇ ਲਿਆਇਆ ਉਹ ਵਾਲਾ ਸਾਨੂੰ ਮੈਂ ਕਰਕੇ ਦੱਸਦਾ ਠੀਕ ਹੈ ਨਾ ਹਾਂਜੀ ਬੇਟਾ ਦੇਖੋ ਠੀਕ ਹੈ ਨਾ ਬੇਟਾ ਮੈਂ ਥੋੜੀ ਤੁਹਾਨੂੰ ਦੇਖਣ ਦੀ ਪ੍ਰੋਬਲਮ ਨਹੀਂ ਹੈ ਜੀ ਕਲੀਅਰ ਦੀ ਨਾ ਉਹ ਤਾਂ ਮੈਂ ਦੱਸ ਦਿਓ ਠੀਕ ਹੈ ਨਾ ਕਿਉਂਕਿ ਭਈ ਜੇ ਮੈਂ ਜ਼ਿਆਦਾ ਜ਼ੂਮ ਕਰਦਾ ਤਾਂ ਉਹ ਮਤਲਬ ਰਾਕਮ ਫੇ ਸਾਡੀ ਪੂਰਾ ਅਕਾਊਂਟ ਆਉਂਦਾ ਨਹੀਂ ਠੀਕ ਹੈ ਜੇ ਤਾਂ ਬਟਾ ਹਣ ਪਹਿਲੇ ਨੰਬਰ ਤੇ ਆ ਕਹਿੰਦਾ ਕਮੈਂਸ ਬਿਜ਼ਨਸ ਵਿਦ ਕੈਸ਼ ਜਿਹੜਾ ਬਿਜ਼ਨਸ ਹੈਗਾ ਉਹ ਅਸੀਂ ਕੀ ਕੀਤਾ ਜੀ ਸ਼ੁਰੂ ਕੀਤਾ ਕਿੰਨੇ ਨਾਲ ਜੀ 75000 ਨਾਲ ਹੁਣ ਬੇਟਾ ਜਦੋਂ ਵੀ ਆਪਾਂ ਕਹਾਂ ਜੀ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਨੇਚਰਲੀ ਹੈ ਜੀ ਸਾਡੇ ਕੋਲ ਕੈਸ਼ ਕਿਹਾ ਜੀ ਆਉਣਾ ਹੈ ਉਹ ਕਰਦੇ ਹੁੰਦੇ ਹੁੰਦੇ ਨਾ ਜਦੋਂ ਆਪਾਂ ਕੈਸ਼ ਨਾਲ ਸ਼ੁਰੂ ਕਰਦੇ ਆ ਕੈਸ਼ ਕੁੰ ਡੈਬਿਟੂ ਕੈਪਟਨ ਇਹਦਾ ਮਤਲਬ ਕੈਸ਼ ਸਾਡੇ ਕੋਲ ਕਿਹਾ ਜੀ ਆ ਰਿਹਾ ਕੈਸ਼ ਕਿਹਾ ਜੀ ਸਾਡੇ ਕੋਲ ਆ ਰਿਹਾ ਠੀਕ ਨਾ ਤਾਂ ਬੇਟਾ ਤੁਸੀਂ ਐਂਟਰੀ ਕੀ ਪਾਣੀ ਆ ਜੋ ਵੀ ਮਨ ਕਮੈਂਸ ਬਿਚਨ ਦੀ ਮੂਲ ਡੇਟ ਦਿੱਤੀ ਹੋਗੀ ਮੰਨ ਲਓ ਮੈਂ ਕਹਿੰਨਾ ਫੋਰ ਕਿਦੋਂ ਸਾਰੀਆਂ ਲਗਾਤਾਰ ਆ ਪਹਿਲੀ ਦੂਜੀ ਤੀਜੀ ਤਰੀਕੇ ਇਹਦੇ ਦਿੱਤੀਆਂ ਜਦੋਂ ਡੇਟ ਕਿੰਨੀ ਆ ਜੀ ਮੰਨ ਲਓ ਜਨਵਰੀ 1 ਐਥੇ ਡੇਟ ਪਾ ਦੇਣੀ ਤੁਸੀਂ ਹੁਣ ਕੀ ਆ ਕਮੈਂਸ ਬਿਚਨ ਵਿਦ ਕੈਸ਼ ਆ ਕੈਸ਼ ਸਾਡੇ ਕੋਲ ਆਇਆ ਨਾ ਤਾਂ ਬੇਟਾ ਆਪਾਂ ਐਂਟਰੀ ਕੀ ਪਾ ਦੇਣੀ 2 ਕੈਪਟਲ ਨੂੰ ਅਮਾਉਂਟ ਵਿੱਚ ਪਾ ਦੇਣਾ ਬੇਟਾ ਤੁਸੀਂ 75000 ਕਿੰਨਾ ਪਾ ਦੇਣਾ ਜੀ 75000 ਠੀਕ ਨਾ ਔਰ ਸਰ ਮੈਂ ਦੱਸਿਆ ਨਾ ਪਹਿਲਾਂ ਹੀ ਕਿ ਜਿੱਜ ਵੀ ਸੇਲ ਤੇ ਰਿਸੀਵਡ ਹੋਈਆਂ ਉਹ ਇੱਧਰ ਆਣੀਆਂ ਜਦ ਬਿਜ਼ਨਸ ਸ਼ੁਰੂ ਕੀਤਾ ਆ ਜਿੱਜ ਪੇਡ ਦੇ ਪਰਚੇਜ ਆ ਉਹ ਇੱਧਰ ਆਣਾ ਕਰਕੇ ਪੇਡ ਦੇ ਪਰਚੇਜ ਦੇ ਤੇ ਕੈਸ਼ ਸਾਡਾ ਜਾਣਾ ਆ ਜੇਦੋਂ ਅਗਲਾ ਹੀ ਆ ਪਰਚੇਜ ਫਰਨੀਚਰ ਕਿੰਨੇ ਦਾ ਜੀ 1200 ਦਾ ਹੁਣ 1200 ਦਾ ਬੇਟਾ ਜਦ ਆਪਾਂ ਫਰਨੀਚਰ ਪਰਚੇਜ ਕਰਨਾ ਆ ਤਾਂ ਨੇਚਰਲੀ ਆ ਕੈਸ਼ ਸਾਡੇ ਕੋਲੋਂ ਕਿਹਾ ਜੀ ਜਾਣਾ ਆ ਮਨੋਜੀ ਕਿਹੜੀ ਤਰੀਕ ਆ ਜੀ ਮੈਂ ਕਹਿੰਦਾ ਜਨਵਰੀ 2 ਆ 2 ਤਰੀਕ ਪਾਤੀ ਜੀ ਫਿਰ ਅਸੀਂ ਕੀ ਪਾ DNA ਜੀ ਬਾਇ ਫਰਨੀਚਰ ਬਾਇ ਫਰਨੀਚਰ ਅਕਾਊਂਟ ਕਿੰਨਾ ਜੀ 1200 ਆ ਇਹਦਾ ਮਤਲਬ 1200 ਰੁਪਏ ਆਪਾਂ ਅਮਾਉਂਟ ਵਿੱਚ ਪਾ DNA 1200 ਰੁਪਏ ਅਮਾਉਂਟ ਕਿਹਾ ਜੀ ਅਮਾਉਂਟ ਵਿੱਚ ਪਾ DNA ਠੀਕ ਆ ਫਿਰ ਅੱਗੇ ਆ ਜਾ ਬੇਟਾ ਅੱਗੇ ਹੈਗਾ ਸਾਡੇ ਕੋਲ ਕਹਿਆ ਜੀ ਪੇਡ ਰੈਂਟ ਕੀ ਆ ਜੀ ਪੇਡ ਰੈਂਟ ਇਹਦਾ ਪੇਡ ਰੈਂਟ ਵਾ ਪੇਡ ਰੈਂਟ ਵਾ ਇਹਦਾ ਮਤਲਬ ਕੈਸ਼ ਸਾਡਾ ਜਾ ਰਿਹਾ ਪੇਡ ਆ ਨਾ ਮੈਂ ਇਹਨੇ ਪੇਡ ਦੇ ਪਰਚੇ ਜਿਹੜਾ ਇੱਧਰ ਪਾਣਾ ਜਿਹੜਾ ਸਾਡੇ ਕੋਲ ਪੇਡ ਤੇ ਪਰਚੇਜ਼ ਆ ਉਹ ਇੱਧਰਲੇ ਪਾਸੇ ਕਰਕੇ ਉੱਚ ਕੈਸ਼ ਜਾਂਦਾ ਹੁੰਦਾ ਆ ਔਰ ਜਿਹਦੇ ਕੈਸ਼ ਆਉਂਦਾ ਆ ਉਹ ਇੱਧਰ ਕਿਹੜਾ ਜੀ ਸੇਲ ਤੇ ਰਿਸੀਵਡ ਠੀਕ ਹੈ ਜੀ ਹੁਣ ਬੇਟਾ ਜਿਹਦਾ ਅੱਗੇ ਹੈਗਾ ਸਾਡੇ ਕੋਲ ਕਹਾਂ ਜੀ ਪੇਡ ਰੈਂਟ ਪੇਡ ਰੈਂਟ ਆ ਨਾ ਮਤਲਬ ਕਹਾਂ ਜੀ ਪੇਡ ਕਰ ਰਹੇ ਆ ਕੈਸ਼ ਜਾ ਰਿਹਾ ਆ ਤਾਂ ਬੇਟਾ ਉਹੀ ਮਨ ਲਓ 3 ਤਰੀਕ ਨੂੰ ਆ ਵਾਏ ਰੈਂਟ ਅਕਾਊਂਟ ਕਿੰਨਾ ਹੈ ਜੀ 2000 ਠੀਕ ਹੈ ਜੀ ਉਹ ਤੋਂ ਅੱਗੇ ਹੈਗਾ ਜੀ ਕੈਸ਼ ਸੇਲ ਆ ਕੈਸ਼ ਸੇਲ ਕੀਤੀ ਹੈ ਜਦੋਂ ਸੇਲ ਕਰਨਾ ਬੇਟਾ ਜਦੋਂ ਕੋਈ ਆਪਾਂ ਚੀਜ਼ ਵੇਚਦੇ ਆ ਕੈਸ਼ ਸਾਡੇ ਕੋਲ ਆਂਦਾ ਹੀ ਆ ਮੰਨ ਲਓ ਜੀ ਅਗਲੀ ਤਰੀਕ ਹੈਗੀ 4 ਨੂੰ ਹੈ ਇਹ 2 ਸੇਲ ਅਕਾਊਂਟ ਕਿੰਨਾ ਹੈ ਜੀ 2000 ਠੀਕ ਹੈ ਜੀ ਉਦੋਂ ਅੱਗੇ ਹੈਗਾ ਜੀ ਪੇ ਟੂ ਰਾਮ ਰਾਮ ਨੂੰ ਅਸੀਂ ਪੇਡ ਕੀਤਾ ਇਹਦੇ ਨਾਲ ਜੇ ਰਾਮ ਨੂੰ ਪੇਡ ਕੀਤਾ ਕੈਸ਼ ਸਾਡੇ ਕੋਲ ਕਿ ਹੈ ਜੀ ਜਾ ਰਿਹਾ ਬੇਟਾ ਪੇਡ ਦੇ ਬੱਚੇ ਜੈ ਇੱਧਰ ਆਣਾ ਬਾਏ ਰਾਮ ਅਕਾਊਂਟ ਕਿੰਨਾ ਹੈ ਜੀ 4000 ਜਿਹੜਾ ਵੀ ਆਪਾਂ ਕਿਸੇ ਦੂਜੇ ਬੰਦੇ ਨੂੰ ਕੈਸ਼ ਪੇਡ ਕਰਨਾ ਹੈ ਨਾ ਉਹ ਕੰਨਾ ਆਣਾ ਹੈ ਜੀ ਬਾਏ ਨਾ ਆਣਾ ਅੱਗੇ ਹੈਗਾ ਰੀਸੀਵਡ ਫ੍ਰੋਮ ਰਵੀ ਕਹਾਂ ਜੀ ਇਹ ਰੀਸੀਵਡ ਫ੍ਰੋਮ ਰਵੀ ਯਾਨੀ ਕਿ ਰਵੀ ਤੋਂ ਰੀਸੀਵਡ ਕੀਤਾ ਕਿੰਨਾ ਜੀ ਇਨ ਆਇਆ ਤੇ ਬੇਟਾ ਫਿਰ ਉਹ ਅੱਗੇ ਕਹਿ ਜੀ ਜੋ ਵੀ ਡੇਟ ਆਉਂਗੇ ਮੰਨ ਲਓ ਮੈਂ ਕਹਿੰਦਾ 5 ਤਰੀਕ 2 ਰਵੀ ਅਕਾਊਂਟ ਕਿੰਨਾ ਹੈ ਜੀ 3000 ਕਿੰਨਾ ਹੈ ਜੀ 3000 ਰਸੀਵਡ ਹੈ ਨਾ ਜਦੋਂ ਆਪਾਂ ਕਿਸੇ ਤੋਂ ਕੈਸ਼ ਰਸੀਵਡ ਕਰਨਾ ਕੈਸ਼ ਸਾਨੂੰ ਆਣਾ ਹੈ ਅੱਗੇ ਬੇਟਾ ਹੈਗਾ ਪਰਚੇਜ਼ ਗੁੱਡਸ ਗੁੱਡਸ ਕਿੰਤੀਆਂ ਜੀ ਪਰਚੇਜ਼ ਕਿੰਨੇ ਦੀਆਂ ਜੀ 10000 ਦੀਆਂ ਔਰ ਬੇਟਾ ਨੇਚਰਲੀ ਜੇ ਤਾਂ ਪਰਚੇਜ਼ ਕਰਨੀ ਹੈ ਜੀ ਆਪਾਂ ਗੁੱਡ ਸਾਡਾ ਪੈਸਾ ਗਿਆ ਜੀ ਜਾਣਾ ਹੈ ਠੀਕ ਨਾ ਮਨ ਲਓ ਜੀ ਆ ਸੋਰੀ ਆ ਸਾਡਾ ਸੀਗਾ 53 ਇਹਨੇ 6 ਨੂੰ ਕਰ ਲਓ ਕਿ 7 ਨੂੰ ਆ ਗਿਆ ਜੀ ਮੰਨ ਲਓ ਜਨਵਰੀ 7 ਨੂੰ ਜੀ ਕੀ ਆ ਜੀ ਗੁੱਡਸ ਪਰਚੇਦ ਕੀਤੀਆਂ ਜਦੋਂ ਗੁੱਡਸ ਪਰਚੇਦਦੀਆਂ ਤਾਂ ਆਪਾਂ ਕੀ ਲੈਂਦੇ ਆ ਜੀ 2 25 ਅਕਾਊਂਟ ਕਿੰਨਾ ਜੀ 10000 ਕਿੰਨਾ ਹੈ ਜੀ 10000 ਠੀਕ ਨਾ ਉਹ ਤਾਂ ਗਿਆ ਹੈਗਾ ਜੀ ਪੇ ਟੂ ਬੈਂਕ ਬੈਂਕ ਨੂੰ ਪੇਡ ਕੀਤਾ ਜੇ ਆਪਾਂ ਕਹਿ ਸਕਦੇ ਆ ਬੈਂਕ ਦੇ ਵਿੱਚ ਪੈਸਾ ਜਮਾ ਕਰਵਾਇਆ ਜੇ ਬੇਟਾ ਬੈਂਕ ਦੇ ਵਿੱਚ ਪੈਸਾ ਜਮਾ ਕਰवानी ਆ ਤਾਂ ਨੇਚਰਲੀ ਜੀ ਸਾਡੇ ਕੋਲ ਕੈਸ਼ ਘਟਣਾ ਹੈ ਕਰਕੇ ਆਪਾਂ ਬੈਂਕ ਵਿੱਚ ਜਮਾ ਕਰਾ ਲੈਣਾ ਜਿਵੇਂ ਤੋਂ 5000 ਰੁਪਏ ਆ ਉਹਦੇ ਵਿੱਚ ਮੰਨ ਲਓ ਮੈਂ 1000 ਰੁਪਏ ਕਿਹਾ ਜੀ ਬੈਂਕ ਵਿੱਚ ਜਮਾ ਕਰਾਤਾ ਇਹਦੇ ਮਤਲਬ ਮੇਰੇ ਕੋਲ 4000 ਰਹਿ ਜਾਣ ਤਾਂ ਬੇਟਾ ਆਪਾਂ ਬੈਂਕ ਵਿੱਚ ਪੈਸਾ ਕਿੰਨਾ ਜਮਾ ਕਰਾਇਆ 5000 ਤਾਂ ਸਾਡੇ ਕੋਲ ਕੀ ਜਣਾ ਜੀ ਬਾਏ ਬੈਂਕ ਕਿੰਨਾ ਹੈ ਜੀ 5000 ਕਿੰਨਾ ਬੇਟਾ 5000 ਉਸ ਤੋਂ ਬਾਅਦ ਅੱਗੇ ਹੈਗਾ ਸਾਡੇ ਕੋਲ ਕਿਆ ਜੀ ਬਿਡਡਰੋਮ ਫਰੋਮ ਬੈਂਕ ਜੇ ਬੈਂਕ ਜਮਾ ਕਰਾਉਣ ਵੇਲੇ ਪੈਸੇ ਸਭ ਤੋਂ ਘਟਦੇ ਆ ਤੇ ਬੈਂਕ ਜਿਹਨੂੰ ਜਦੋਂ ਕਢਵਾਵਾਂਗੇ ਫੇਰ ਸਾਡੇ ਕੋਲ ਪੈਸੇ ਕਿਹ ਹੈ ਜੀ ਆਣੇ ਆ ਉਹ ਜਦੋਂ ਬੈਂਕ ਚੋਂ ਪੈਸੇ ਕਢਵਾਣੇ ਆ ਫਿਰ ਅਸੀਂ ਕੀ ਲਿਖਣਾ ਜੀ ਟੂ ਬੈਂਕ ਅਕਾਊਂਟ ਕਿੰਨਾ ਹੈ ਜੀ 1000 ਰੁਪਇਆ ਕਿੰਨਾ ਹੈ ਜੀ 1000 ਰੁਪਇਆ ਠੀਕ ਹੈ ਨਾ ਬੈਂਕ ਚੋਂ ਪੈਸੇ ਕਢਵਾਏ ਹੈ ਨਾ ਆਪਾਂ ਠੀਕ ਹੈ ਨਾ ਉਸ ਤੋਂ ਬਾਅਦ ਬੇਟਾ ਅੱਗੇ ਆ ਗਿਆ ਹੈਗਾ ਗoods sold for cash ਜਿਹੜਾ ਗੂਡਸ ਸੀਗੀਆਂ ਅਸੀਂ ਸੋਲਡ ਕੀਤੀਆਂ ਕਾਦੇ ਲਈ ਗਈ ਕੈਸ਼ ਲਈ ਉਹ ਜੇ ਗੁੱਡਸ ਕੈਸ਼ ਵਿੱਚ ਵੇਚੀਆਂ ਆ ਤਾਂ ਨੇਚਰਲੀ ਸਾਡੇ ਕੋਲ ਕੈਸ਼ ਆਣਾ ਆ 2 ਸੇਲ ਅਕਾਊਂਟ ਕਿੰਨਾ ਬੇਟਾ 7000 ਕਿੰਨਾ ਆ ਜੀ 7000 ਅੱਗੇ ਹੈਗਾ ਰਿਸੀਵਡ ਕਮਿਸ਼ਨ ਕਮਿਸ਼ਨ ਰਿਸੀਵਡ ਕੀਤਾ ਜਿੱਦੋਂ ਰਿਸੀਵਡ ਕਰਨਾ ਪੈਸਾ ਸਾਡੇ ਕੋਲ ਆਣਾ ਆ 2 ਕਮਿਸ਼ਨ ਅਕਾਊਂਟ ਕਿੰਨਾ ਆ ਜੀ 2000 ਠੀਕ ਹੈ ਨਾ ਕਿੰਨਾ ਆ ਜੀ 2000 ਇਹ ਆ ਬੇਟਾ ਜਿਨ੍ਹਾਂ ਵਿੱਚ ਕੈਸ਼ ਆਣਾ ਆ ਉਹ ਤੁਸੀਂ 2 ਨਾਲ ਲਿਖਣਾ ਆ ਜਿਨ੍ਹਾਂ ਵਿੱਚ ਕੈਸ਼ ਜਾਣਾ ਆ ਉਹ ਤੁਸੀਂ ਕਹਿੰਦਾ ਲਿਖਣਾ ਜੀ 22 ਨਾਲ ਠੀਕ ਨਾ ਹੁਣ ਮੰਨ ਲਓ ਮੈਂ ਇੱਕ ਚੀਜ਼ ਹੋਰ ਮੈਂ ਨਾਲ ਪਾ ਦਿੰਦਾ ਮੰਨ ਲਓ ਮੈਂ ਕਹਿ ਦਿੰਦਾ ਐਂਟਰੀਆਂ ਦੇ ਵਿੱਚ ਹੈਗੀ ਸਾਡੇ ਕੋਲ ਕਹਾਂ ਜੀ ਕੈਸ਼ ਵਿਡਰੋ 4 ਪਰਸਨਲ ਯੂਜ਼ ਕਿੰਨਾ ਹੈ ਜੀ ਮੰਨ ਲਓ ਜੀ 2000 ਰੁਪਿਆ ਆ 2000 ਰੁਪਿਆ ਪਰਸਨਲ ਯੂਜ਼ ਲਈ ਵਿਡਰੋ ਕਰਾਇਆ ਪਰਸਨਲ ਯੂਜ਼ ਲਈ ਕੀ ਕਰਾਇਆ ਜੀ ਡਿਡਰੋ ਇਹ ਤਾਂ ਮਲੇ ਇੱਕ ਤਰ੍ਹਾਂ ਦੀ ਡਰਾਇੰਗ ਆ ਜਦੋਂ ਆਪਾਂ ਪਾਸਲ ਜੂ ਦੇ ਪੈਸਾ ਕਢਵਾਉਣਾ ਤਾਂ ਪੈਸਾ ਘਟ ਜਾਣਾ ਸਾਡੇ ਕੋਲ ਅਸੀਂ ਕੀ ਲਿਖਣਾ ਜੀ ਬਾਈ ਡਰਾਇੰਗ ਅਕਾਊਂਟ ਕਿੰਨਾ ਕਢਵਾਇਆ ਜੀ 2000 ਰੁਪਏ ਠੀਕ ਹੈ ਨਾ ਮਤਲਬ ਬੇਟਾ ਇਹ ਤੁਹਾਨੂੰ ਦੇਖਣਾ ਜਿੱਥੇ ਕੈਸ਼ ਆ ਰਿਹਾ ਆ ਟੂ ਨਾ ਜਿੱਥੇ ਕੈਸ਼ ਜਾ ਰਿਹਾ ਆ ਬਾਈ ਨਾ ਠੀਕ ਹੈ ਨਾ ਹੁਣ ਬਾਅਦ ਇਹ ਤੋਂ ਬੇਟੇ ਤੋਂ ਬਾਅਦ ਅੱਗੇ ਆਪਾਂ ਕੀ ਕਰਨਾ ਹੈ ਪਹਿਲਾਂ ਇੰਨੀਆਂ ਐਂਟਰੀਆਂ ਸਾਰੀਆਂ ਪਾ ਲੈਣੀਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਹੋਣੀਆਂ ਜਦੋਂ ਸਾਨੂੰ ਐਂਟਰੀਆਂ ਪਾਣੀਆਂ ਆ ਫਿਰ ਅਸੀਂ ਇੱਥੇ ਤਿੰਨ ਕਿ ਲੈਣਾ ਛੱਡ ਕੇ ਇਸ ਤਰ੍ਹਾਂ ਇਹਨਾਂ ਟੋਟਲ ਕਰਨਾ ਦੋਨੋਂ ਪਾਸੇ ਦੇ ਇੱਕ ਤਰ੍ਹਾਂ। ਠੀਕ ਹੈ ਜੀ। ਕੀ ਕਰਨਾ ਜੀ? ਸਿੰਪਲ ਜੇ ਗੱਲ ਆ ਤੁਸੀਂ ਪਹਿਲਾਂ ਇਧਰ ਟੋਟਲ ਕਰਨਾ ਕਿੰਨਾ ਜੀ? 75000, 75 ਦੇ ਦੋ 77, 77 ਦੇ ਤਿੰਨ, 80, 80 ਦੇ ਇੱਕ, 81, 81 ਦੇ ਸੱਤ, 88, 88 ਦੇ ਦੋ, 90। ਕਿੰਨਾ ਆ ਗਿਆ ਜੀ? 90000। ਫਿਰ 90000 ਚੋਂ ਆਬੜਾ ਤੁਸੀਂ ਲੈਸ ਕਰਦਾ ਨੇ ਸਾਰੇ 90000 ਚੋਂ ਜਿਹੜੇ ਇਧਰਲੀ ਸਾਈਡ ਵਾਲੇ ਆ ਕ੍ਰੈਡਿਟ ਸਾਈਡ ਵਾਲੇ ਆ ਸਾਰੇ ਆਪਾਂ ਕੀ ਕਰਦਣੇ ਆ ਜੀ ਲੈਸ ਠੀਕ ਹੈ ਨਾ ਹੁਣ 90000 ਚੋਂ ਪਹਿਲਾਂ 1200 ਘਟਾ ਦੋ 2000 ਘਟਾ ਦੋ ਹੁਣ ਜਿਹਦਾ ਪਹਿਲਾਂ ਇਹਨਾਂ ਦਾ ਜੋੜ ਕਰਕੇ ਸਿੱਧਾ ਘਟਾ ਦੋ ਕਿ ਕਿੰਦਾ ਜੀ ਆ ਕਿੰਨਾ ਬਣਨਾ ਜੀ ਇਹ ਬਣਨਾ ਹੈਗਾ ਸਾਡੇ ਕੋਲ ਬੇਟਾ 6000 7000 17 22 24 ਠੀਕ ਹੈ ਨਾ ਇਹ ਬਣਨਾ ਬੇਟਾ ਸਾਡੇ ਕੋਲ 24200 ਯਾਨੀ ਕਿ ਇਧਰ ਲਾ ਜੋੜ ਕਿੰਨਾ ਆਇਆ 90000 ਠੀਕ ਨਾ ਤੇ ਇਧਰ ਲ ਜ ਦੂਜੇ ਪਾਸੇ ਜੋੜ ਕਿੰਨਾ ਆ ਗਿਆ 24200 ਠੀਕ ਹੈ ਕਿੰਨਾ ਬਣਿਆ ਜੀ 24200 ਇਹਦਾ ਮਤਲਬ ਬੇਟਾ ਸਾਡੇ ਕੋਲ ਇਧਰ ਲ ਜੋੜ ਜ਼ਿਆਦਾ ਹੈ ਇਧਰ ਲ ਜੋੜ ਕੇ ਆ ਜੀ ਘੱਟਵਾ ਤਾਂ ਬੇਟਾ ਅਸੀਂ ਕੀ ਕਰਨਾ ਦੋਨਾਂ ਪਾਸੇ 90000 ਕਰਨਾ ਜਿਹੜਾ ਜੋੜ ਜ਼ਿਆਦਾ ਹੈ ਦੋਨਾਂ ਪਾਸੇ ਉਨਾ ਹੋਣਾ ਚਾਹੀਦਾ ਠੀਕ ਨਾ ਜੇ ਤਾਂ ਇਧਰ ਕਿੰਨਾ ਹੈ ਸਾਡੇ ਕੋਲ 90000 ਹੈ ਇਧਰਲੇ ਪਾਸੇ ਕਿੰਨਾ 24200 ਮਨ ਘਟਦਾ ਕਿੰਨਾ ਆ 008 ਤੇ ਇਹ ਘਟਦਾ ਹੈਗਾ ਸਾਡੇ ਕੋਲ 90 820 ਕਟੇ ਸੀ 65800 ਰੁਪਏ ਘਟਦੇ ਆ ਕਿੰਨੇ ਘਟਦੇ ਆ 65800 ਤਾਂ ਬੇਟਾ ਜਿਹੜੇ 65800 ਆ ਨਾ ਉਹ ਅਸੀਂ ਆਪਣੇ ਕੋਲ ਇੱਥੇ ਲਿਖ ਦੇਣਾ ਬਾਈ ਬੈਲੈਂਸ ਕੈਰੀ ਡਾਊਨ ਕਿੰਨਾ ਹੈ ਜੀ 65800 ਕਿੰਨਾ ਹੈ ਜੀ 65800 ਮਤਲਬ ਬੇਟਾ ਸਾਡੇ ਕੋਲ 90000 ਰੁਪਏ ਆਇਆ ਸੀ ਉਦੇ ਵਿੱਚੋਂ 24200 ਰੁਪਏ ਆਪਾਂ ਕੀ ਕਰ ਦਿੱਤਾ ਜੀ ਭੇਡ ਕਰ ਦਿੱਤਾ ਮਤਲਬ ਚਲ ਗਿਆ ਆ ਇਹਦਾ ਮਤਲਬ ਸਾਡੇ ਕੋਲ ਜਿਹੜਾ ਬੈਲੈਂਸ ਕੈਰੀ ਡਾਉਨ ਨਾ ਕਿੰਨਾ ਬਚ ਗਿਆ ਜੀ 65800 ਪੈਸਾ ਰਹਿੰਦਾ ਆ ਜਿਹੜਾ ਕੈਰੀ ਡਾਉਨ ਹੋਣਾ ਉਹੀ ਇੱਧਰ ਪਾਸੇ ਟੋਟਲ ਦੇ ਥੱਲੇ ਤੁਸੀਂ ਕੀ ਲਿਖ ਦੇਣਾ ਜੀ ਟੂ ਬੈਲੈਂਸ ਬਰਾਉਡ ਡਾਉਨ ਕਿੰਨਾ ਹੈ ਜੀ 65 800 ਕਿੰਨਾ ਹੈ ਜੀ 65 800 ਠੀਕ ਹੈ ਨਾ बस बेटा यही है तू मेन देखना ਕਿਚ ਕੈਸ਼ ਆ ਰਿਹਾ ਉਹ ਇੱਧਰ ਕਿਚ ਜਾ ਰਿਹਾ ਇੱਧਰ ਠੀਕ ਨਾ ਜਿੰਨਾ ਕੈਸ਼ ਆਇਆ ਜਿੰਨਾ ਕੈਸ਼ ਗਿਆ ਉਹ ਚ ਕਟਾ ਕੇ ਜਿਹੜਾ ਬੈਲੈਂਸ ਆਣਾ ਉਹ ਨੂੰ ਕਿਵੇਂ ਦੇਣਾ ਬੈਲੈਂਸ ਕੈਰੀ ਡਾਉਨ ਮਤਲਬ ਸੀਬਲੀਕ ਡੀ ਕੀ ਲਿਖਣਾ ਜੀ ਬੈਲੈਂਸ ਸੀਬਲੀਕ ਡੀ ਲਿਖ ਦੇਣਾ ਫਿਰ ਉਹ ਨਹੀਂ ਇੱਧਰ ਲਿਖ ਦੇਣਾ ਬੈਲੈਂਸ ਬ੍ਰੌਡ ਡਾਉਨ ਬੀਬਲੀਕ ਡੀ ਠੀਕ ਨਾ ਕਿਆ ਲਿਖਣਾ ਜੀ ਬੀਬਲੀਕ ਡੀ ਠੀਕ ਹੈ ਨਾ ਤੁਸੀਂ ਬੇਟਾ ਆਪਣੇ ਕੁਐਸਚਨ ਦੇਖ ਲੈਣੇ ਆ ਉਹਨਾਂ ਵਿੱਚੋਂ ਜੇ ਕੋ ਤੁਹਾਨੂੰ ਐਂਟਰੀ ਨਹੀਂ ਬਤ ਲੱਗਦੀ ਠੀਕ ਹੈ ਨਾ ਉਹ ਐਂਟਰੀ ਤੁਸੀਂ ਮੈਨੂੰ ਪੁੱਛ ਲਿਓ ਕਿ ਸਾਜੀ ਇਹਦਾ ਕੀ ਕਰਨਾ ਮੈਂ ਤੁਹਾਨੂੰ ਦੱਸ ਦੂੰਗਾ ਬਾਈ ਨਾਲ ਪੈਣੀ ਕਿ ਟੂ ਨਾਲ ਠੀਕ ਹੈ ਨਾ ਬਸ ਇੰਨਾ ਯਾਦ ਰੱਖਣਾ ਬੇਟਾ ਕ੍ਰੈਡਿਟ ਵਾਲੀ ਐਂਟਰੀ ਨਹੀਂ ਪੈਣੀ ਜੇ ਕੋਈ ਉਧਾਰ ਸਮਾਨ ਵੇਚਿਆ ਆ ਜਾਂ ਉਧਾਰ ਸਮਾਨ ਖਰੀਦਿਆ ਆ ਕਿਉਂਕਿ ਜਿਹੜਾ ਆਪਾਂ ਉਧਾਰ ਖਰੀਦਿਆ ਨਾ ਚੈਕਸ਼ ਆਣਾ ਹੈ ਨਾ ਕੈਸ਼ ਜਾਣਾ ਹੈ ਠੀਕ ਹੈ ਨਾ ਔਰ ਬੇਟਾ ਕੰਮ ਜ਼ਰੂਰ ਕਰਿਓ ਮੈਨੂੰ ਨਾ ਜਿਹੜੇ ਤੁਹਾਡੇ ਬੁੱਕ ਦੇ ਵਿੱਚ ਕੁਐਸਚਨ ਹੈਗੇ ਆ ਉਹਨਾਂ ਵੀ ਫੋਟੋ ਭੇਜ ਦਿ ਮੈਂ ਦੇਖ ਲਊਗਾ ਜੇ ਮੇਰੀ ਬੁੱਕ ਨਾਲ ਕੁਐਸਚਨ ਮਿਲਦੇ ਹੋਏ ਨਾ ਫਿਰ ਮੈਨੂੰ ਇਹਦਾ ਕੁਐਸਚਨ ਲਿਖਣ ਦੀ ਲੋੜ ਨਹੀਂ ਪੈਣੀ ਮੈਂ ਬੁੱਕ ਤੋਂ ਕੁਐਸਚਨ ਪੜ੍ਹੀ ਜਾਊਂਗਾ ਇੱਥੇ ਸੋਲਵ ਕਰੀ ਜਾਊਂਗਾ ਠੀਕ ਨਾ ਫਿਰ ਜਦੋਂ ਤੁਸੀਂ ਇੱਥੇ ਆਪ ਦੇਖਣਾ ਹੈ ਤਾਂ ਆਪਣੀ ਬੁੱਕ ਸਾਹਮਣੇ ਰੱਖ ਕੇ ਉਹਦੇ ਨਾਲ-ਨਾਲ ਦੇਖੀਏ ਠੀਕ ਹੈ ਥੈਂਕਸ ਬੇਟਾ ਇਹਨਾਂ ਕੁਐਸਚਨ ਕਰਕੇ ਦੇਖ ਲਿਓ ਤੁਹਾਨੂੰ ਮੈਂ ਆਪਣੇ ਕੋਲ ਕੁਐਸਚਨ ਭੇਜ ਵੀ ਦਊਂਗਾ ਠੀਕ ਨਾ ਜੇ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਮੈਨੂੰ ਦੱਸਦੇ ਠੀਕ ਹੈ ਓਕੇ ਬੇਟਾ ਥੈਂਕਸ ਠੀਕ ਨਾ ਬੇਟਾ ਬਹੁਤ ਡਰੇ ਹੋ ਨਾ ਪਹਿਲਾਂ ਆ ਕੇ ਤੁਹਾਨੂੰ ਕੋਲ ਸਬ ਤਾਂ ਹਨ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਨਾ ਜਿੱਦਾਂ ਨੇ ਕਈ ਬੱਚੇ ਕਹਿੰਦੇ ਆਪਾਂ ਸਬਜੈਕਟ ਚੇਂਜ ਕਰਨਾ ਆ ਬੇਟਾ ਜਦੋਂ ਪਲਾਸਾਂ ਲੱਗਣੀਆਂ ਤੁਹਾਡੇ ਕਨਸੈਪਟ ਸਾਰੇ ਕਲੀਅਰ ਕਰਾਂਗੇ ਇਹ ਨਹੀਂ ਹੈਗਾ ਕਿ ਆਨਲਾਈਨ ਪੜਾਤਾ ਤਾਂ ਸਾਨੂੰ ਬਸ ਨਹੀਂ ਇਹਦਾ ਬੇਟਾ ਇਹ ਹੈ ਕਿ ਤੁਹਾਨੂੰ ਮੜੀਆਂ ਲਿੰਕ ਜਿਹਾ ਬਣਿਆ ਰਵੇ ਠੀਕ ਨਾ ਔਰ ਇਸੇ ਕਰਕੇ ਬੇਟਾ ਤੁਹਾਨੂੰ ਮੈਂ ਥੋੜਾ ਹੌਲੀ ਹੌਲੀ ਜਿਹੜੇ ਨਵੇਂ ਸਟੂਡੈਂਟ ਹਨ ਉਹਨਾਂ ਨਾਲ ਲੈ ਕੇ ਹੀ ਚੱਲਦਾ ਪਿਆ ਠੀਕ ਹੈ ਓਕੇ ਬੇਟਾ ਥੈਂਕਸ ਇਹ ਵਾਲੇ ਕੱਲ੍ਹ ਹੋ ਜੇ ਕੋਈ ਪ੍ਰੋਬਲਮ ਹੋ ਤਾਂ ਮੈਨੂੰ ਦੱਸਦੇ